ਪੰਜਾਬ ਆ ਕੇ ਘੈਂਟ ਹੀ ਫੀਲਿੰਗ ਹੁੰਦੀ ਆ। ਆਈ ਵਾਸ ਇਨ ਮੁੰਬਈ ਯੈਸਟਰਡੇ, ਉੱਥੇ ਗਰਮੀ ਸੀਗੀ ਹੈ ਨਾ, ਇੱਥੇ ਪੰਜਾਬ ਆਇਆ, ਇੱਥੇ ਠੰਡ ਹੈ, ਘੈਂਟ ਮੌਸਮ ਹੈ, ਫਿਰ ਪੰਜਾਬ ਦਾ ਖਾਣਾ ਪੀਣਾ ਐਂਡ ਪੀਪਲ ਅਰਾਊਂਡ ਯੂ, ਐਵਰੀਬਡੀ ਸੋ ਵੈਲਕਮਿੰਗ, ਸੋ ਲਵਿੰਗ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਵਾਰੀ ਮੈਂ ਜੋ ਵੀ ਕਿਰਦਾਰ ਮੈਨੂੰ ਮਿਲਿਆ, ਮੈਂ ਉਹਦੇ 'ਚ ਉਸ ਤਰੀਕੇ ਨਾਲ, ਉਹਦੀ ਫੀਲਿੰਗ ਨਾਲ, ਉਹਨੂੰ ਪੂਰਾ ਸ਼ਿੱਦਤ ਨਾਲ ਨਿਭਾਵਾਂ। ਜਿੰਨੇ ਤੁਸੀਂ ਜ਼ਿਆਦਾ ਲੋਕਾਂ 'ਚ ਵਿਚਰਦੇ ਹੋ, ਜਿੰਨੇ ਤੁਸੀਂ ਜ਼ਿਆਦਾ ਥਾਵਾਂ 'ਤੇ ਐਕਸਪਲੋਰ ਕਰਦੇ ਹੋ, ਲੋਕਾਂ ਨੂੰ ਵੇਖਦੇ ਹੋ, ਹਰ ਥਾਂ 'ਤੇ ਵੱਖਰੀ ਤਰ੍ਹਾਂ ਦਾ ਪਹਿਰਾਵਾ ਹੈ, ਵੱਖਰੀ ਤਰ੍ਹਾਂ ਦਾ ਰਹਿਣ ਸਹਿਣ ਹੈ, ਲੋਕ ਵੱਖਰੇ ਤਰੀਕੇ ਨਾਲ ਗੱਲਾਂ ਕਰਦੇ ਆ, ਹੈ ਨਾ, ਉਹਨਾਂ ਦਾ ਖਾਣਾ ਪੀਣਾ ਵੱਖਰਾ ਹੈ। ਸੋ ਜਿੰਨਾ ਤੁਸੀਂ ਜ਼ਿਆਦਾ ਐਕਸਪਲੋਰ ਕਰਦੇ ਹੋ ਐਜ਼ ਐਨ ਐਕਟਰ, ਉਨੇ ਤੁਹਾਨੂੰ ਜ਼ਿਆਦਾ ਕਿਰਦਾਰ ਮਿਲਦੇ ਨੇ, ਤੁਸੀਂ ਸਮਝ ਸਕਦੇ ਹੋ ਦੁਨੀਆ ਨੂੰ ਜ਼ਿਆਦਾ, ਅਤੇ ਆਪਣੇ ਉਸ ਤਰ੍ਹਾਂ ਕਿਰਦਾਰ ਆਪਣੇ ਚੁਣ ਸਕਦੇ ਹੋ ਅਤੇ ਤੁਸੀਂ ਔਨ ਸਕਰੀਨ ਉਹਨਾਂ ਨੂੰ ਨਿਭਾ ਸਕਦੇ ਹੋ। ਦੇਰ ਆ ਕਪਲ ਆਫ, ਮੇਰੀ ਆਪਣੀ ਹੋਮ ਪ੍ਰੋਡਕਸ਼ਨ ਮੇਰਾ ਬਾਬਾ ਨਾਨਕ ਆ ਰਹੀ ਆ, ਸ਼ਾਇਦ ਨੈਕਸਟ ਮੰਥ ਆਪਾਂ ਅਨਾਊਂਸ ਕਰਾਂਗੇ ਡੇਟ। ਦੈਨ ਨਿਡਰ ਆ ਰਹੀ ਹੈ ਇੱਕ ਪੰਜਾਬੀ ਫਿਲਮ, ਇੱਕ ਨਵੀਂ ਫਿਲਮ ਦੀ ਸ਼ੂਟਿੰਗ ਪਰਸੋਂ ਤੋਂ ਸ਼ੁਰੂ ਹੋ ਰਹੀ ਆ, ਮੈਂ ਨਾਂ ਨਹੀਂ ਰਿਵੀਲ ਕਰ ਸਕਦਾ। ਇੱਕ ਤੇਲਗੂ ਫਿਲਮ 22 ਰੈਡੀ ਟੂ ਰਿਲੀਜ਼ ਆ, ਮੇ ਬੀ ਫੈਬਰਰੀ 'ਚ ਆਊਗੀ। ਇੱਕ ਤੇਲਗੂ ਫਿਲਮ ਏਜੈਂਟ ਦੀ ਸ਼ੂਟ ਚੱਲ ਰਹੀ ਆ। ਇੱਕ ਹੌਟ ਸਟਾਰ ਲਈ ਹੁਣੇ ਵੈਬ ਸੀਰੀਜ਼ 16 ਤਰੀਕ ਨੂੰ ਕੰਪਲੀਟ ਕੀਤੀ ਹੈ, 2.5 ਮਹੀਨੇ ਦਾ ਸਕੈਡਿਊਲ ਸੀਗਾ ਉਹਦਾ, ਅਤੇ ਉਹ ਛੇਤੀ ਹੌਟ ਸਟਾਰ 'ਤੇ ਰਿਲੀਜ਼ ਹੋਊਗੀ। ਸੋ ਗਾਇਜ਼, ਹੁਣ ਸਾਡੇ ਨਾਲ ਨੇ ਸਿਨੇਮੇ ਦੀ ਰੀੜ ਦੀ ਹੱਡੀ, ਚਾਹੇ ਟਾਲੀਵੁੱਡ ਹੋਵੇ, ਬਾਲੀਵੁੱਡ ਹੋਵੇ ਜਾਂ ਫਿਰ ਬਾਲੀਵੁੱਡ, ਹਰ ਪਾਸੇ ਆਪਣਾ ਜਲਵਾ ਇਹਨਾਂ ਨੇ ਬਿਖੇਰਿਆ ਹੈ। ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰ ਰਹੀ, ਮੈਂ ਕਰ ਰਹੀ ਹਾਂ ਪੰਜਾਬ ਦੇ ਬਿੱਬਾ ਪੁੱਤਰ ਦੀ, ਵਿਕਰਮਜੀਤ ਸਿੰਘ ਬਿਰਦ ਦੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ? ਬਹੁਤ ਵਧੀਆ। ਸੋ ਇਸ ਵਾਰੀ ਆਪਣੇ ਕਿਰਦਾਰ ਦੇ ਨਾਲ ਕਿੱਦਾਂ ਦਾ ਐਕਸਪੈਰੀਮੈਂਟ ਕਰਨ ਵਾਲੇ ਹੋ, ਕਿਉਂਕਿ ਟਾਲੀਵੁੱਡ ਹੋਵੇ, ਬਾਲੀਵੁੱਡ ਹੋਵੇ, ਚਾਹੇ ਬਾਲੀਵੁੱਡ ਹੋਵੇ, ਹਰ ਪਾਸੇ ਆਪਣੇ ਕਿਰਦਾਰ ਦੇ ਨਾਲ ਖੇਡਦੇ ਹੋ ਅਤੇ ਇੱਕ ਵੱਖਰਾ ਹੀ ਚੀਜ਼ ਨਿਕਾਲ ਕੇ ਤੁਸੀਂ ਦਰਸ਼ਕਾਂ ਲਈ ਲੈ ਕੇ ਆਉਂਦੇ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਵਾਰੀ ਮੈਂ ਜੋ ਵੀ ਕਿਰਦਾਰ ਮੈਨੂੰ ਮਿਲਿਆ, ਮੈਂ ਉਹਦੇ 'ਚ ਉਸ ਤਰੀਕੇ ਨਾਲ, ਉਹਦੀ ਫੀਲਿੰਗ ਨਾਲ, ਉਹਨੂੰ ਪੂਰਾ ਸ਼ਿੱਦਤ ਨਾਲ ਨਿਭਾਵਾਂ। ਸੋ ਜਿਵੇਂ ਧੰਜਲ ਸਾਹਿਬ ਨੇ ਮੈਨੂੰ ਸੁਣਾਇਆ ਸੀਗਾ, ਜਿਵੇਂ ਉਹਨਾਂ ਨੇ ਸਿਰਜਿਆ ਸੀਗਾ ਕਿਰਦਾਰ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਆਈ ਐਮ ਸ਼ੋਰ ਕਿ ਸਾਰਿਆਂ ਨੂੰ ਗੋਲਾ ਪਸੰਦ ਆਊਗਾ। ਸੋ ਇਸ ਵਾਰੀ ਪੰਜਾਬ ਆ ਕੇ ਫੀਲਿੰਗ ਕੀ ਸੀ? ਪੰਜਾਬ ਆ ਕੇ ਘੈਂਟ ਹੀ ਫੀਲਿੰਗ ਹੁੰਦੀ ਹੈ। ਆਈ ਵਾਸ ਇਨ ਮੁੰਬਈ ਯੈਸਟਰਡੇ, ਉੱਥੇ ਗਰਮੀ ਸੀਗੀ ਹੈ ਨਾ, ਇੱਥੇ ਪੰਜਾਬ ਆਇਆ, ਇੱਥੇ ਠੰਡ ਹੈ, ਘੈਂਟ ਮੌਸਮ ਹੈ, ਫਿਰ ਪੰਜਾਬ ਦਾ ਖਾਣਾ ਪੀਣਾ ਐਂਡ ਪੀਪਲ ਅਰਾਊਂਡ ਯੂ, ਐਵਰੀਬਡੀ ਸੋ ਵੈਲਕਮਿੰਗ, ਸੋ ਲਵਿੰਗ, ਘੈਂਟ ਹੀ ਫੀਲਿੰਗ ਹੁੰਦੀ ਹੈ ਪੰਜਾਬ ਆ ਕੇ। ਤੁਸੀਂ ਆਲਮੋਸਟ ਟਰੈਵਲ ਕਰਦੇ ਰਹਿੰਦੇ ਹੋ, ਹੈ ਨਾ, ਟਰੈਵਲਿੰਗ ਕਿੱਦਾਂ ਦਾ ਮਤਲਬ ਤੁਹਾਡੇ ਲਈ ਹੈਲਪਫੁਲ ਹੁੰਦਾ ਹੈ, ਤੁਹਾਡੇ ਆਪਣੇ ਕਿਰਦਾਰ ਲਈ, ਆਪਣੇ ਵਿਜ਼ਨ ਨੂੰ ਵਾਈਡ ਕਰਨ ਲਈ? ਸੀ, ਜਦੋਂ ਜਿੰਨੇ ਤੁਸੀਂ ਜ਼ਿਆਦਾ ਲੋਕਾਂ 'ਚ ਵਿਚਰਦੇ ਹੋ, ਜਿੰਨੇ ਤੁਸੀਂ ਜ਼ਿਆਦਾ ਥਾਵਾਂ 'ਤੇ ਐਕਸਪਲੋਰ ਕਰਦੇ ਹੋ, ਲੋਕਾਂ ਨੂੰ ਵੇਖਦੇ ਹੋ, ਹਰ ਥਾਂ 'ਤੇ ਵੱਖਰੀ ਤਰ੍ਹਾਂ ਦਾ ਪਹਿਰਾਵਾ ਹੈ, ਵੱਖਰੀ ਤਰ੍ਹਾਂ ਦਾ ਰਹਿਣ ਸਹਿਣ ਹੈ, ਲੋਕ ਵੱਖਰੇ ਤਰੀਕੇ ਨਾਲ ਗੱਲਾਂ ਕਰਦੇ ਆ, ਹੈ ਨਾ, ਉਹਨਾਂ ਦਾ ਖਾਣਾ ਪੀਣਾ ਵੱਖਰਾ ਹੈ। ਸੋ ਜਿੰਨਾ ਤੁਸੀਂ ਜ਼ਿਆਦਾ ਐਕਸਪਲੋਰ ਕਰਦੇ ਹੋ ਐਜ਼ ਐਨ ਐਕਟਰ, ਉਨੇ ਤੁਹਾਨੂੰ ਜ਼ਿਆਦਾ ਕਿਰਦਾਰ ਮਿਲਦੇ ਨੇ, ਤੁਸੀਂ ਸਮਝ ਸਕਦੇ ਹੋ ਦੁਨੀਆ ਨੂੰ ਜ਼ਿਆਦਾ, ਅਤੇ ਆਪਣੇ ਉਸ ਤਰ੍ਹਾਂ ਕਿਰਦਾਰ ਆਪਣੇ ਚੁਣ ਸਕਦੇ ਹੋ ਅਤੇ ਤੁਸੀਂ ਔਨ ਸਕਰੀਨ ਉਹਨਾਂ ਨੂੰ ਨਿਭਾ ਸਕਦੇ ਹੋ। ਇੱਕ ਹੋਰ ਸਵਾਲ ਇਹ ਪਰਸਨਲੀ ਹੈ ਕਿ ਆਪਣੇ ਕਿਰਦਾਰ ਦੇ ਨਾਲ ਕਿਵੇਂ ਇੰਨਾ ਖੇਡ ਲੈਂਦੇ ਹੋ, ਇੰਨਾ ਟੈਲੈਂਟ ਕਿੱਧਰੋਂ ਆਇਆ? ਇਹ ਕਿਰਪਾ ਬਾਬੇ ਨਾਨਕ ਦੀ, ਟੈਲੈਂਟ ਤਾਂ ਹਾਲੇ ਬਹੁਤ ਪਿੱਛੇ ਹਾਂ ਅਸੀਂ, ਬਸ ਜੋ ਡਿਊਟੀ ਲੱਗੀ ਆ, ਆਈ ਟਰਾਈ ਟੂ ਗਿਵ ਮਾਈ 100%, ਆਈ ਵਰਕ ਵਿਦ ਪ੍ਰੋਪਰ ਓਨੈਸਟੀ। ਸੋ ਮੈਂ ਖੁਸ਼ਕਿਸਮਤ ਹਾਂ ਕਿ ਐਵਰੀਬਡੀ ਇਜ਼ ਲਾਈਕਿੰਗ ਮੀ ਐਜ਼ ਐਨ ਐਕਟਰ। ਸੋ ਇਸ ਫਿਲਮ ਦੇ ਵਿੱਚ ਕਿੱਦਾਂ ਦਾ ਮਤਲਬ ਰਿਹਾ ਕਿਰਦਾਰ ਅਤੇ ਨਾਲ ਹੀ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਉਂਕਿ ਕੁਲਵਿੰਦਰ ਬਿੱਲਾ ਜੀ ਸਿੰਗਰ ਟਰਨ ਐਕਟਰ ਨੇ ਅਤੇ ਕਈ ਫਿਲਮਾਂ ਕਰ ਚੁੱਕੇ ਨੇ, ਅਤੇ ਨਾਲ ਹੀ ਇਸ ਵਾਰ ਉਹ ਵੀ ਐਕਸਪੈਰੀਮੈਂਟ ਕਰ ਰਹੇ ਨੇ, ਪੁਲਿਸ ਵਾਲੀ ਵਰਦੀ ਹੈ, ਅਤੇ ਨਾਲ ਤੰਦਰੁਸਤ ਫਸਟ ਟਾਈਮ ਆ ਰਹੇ ਨੇ ਇੰਡਸਟਰੀ ਦੇ ਵਿੱਚ, ਕਿੱਦਾਂ ਦਾ ਰਿਹਾ ਓਵਰਆਲ ਐਕਸਪੀਰੀਅੰਸ? ਵਧੀਆ ਐਕਸਪੀਰੀਅੰਸ ਸੀਗਾ ਤੰਦਰੁਸਤ ਐਜ਼ ਅ ਨਿਊ ਪਰਸਨ, ਆਈ ਬਿਲੀਵ ਕਿ ਉਹਨੇ ਕਾਫੀ ਮਿਹਨਤ ਕੀਤੀ ਹੈ, ਉਹਨੇ ਕਾਫੀ ਵਧੀਆ ਟ੍ਰੇਨਿੰਗ ਕੀਤੀ ਹੈ, ਉਹਨੂੰ ਪ੍ਰੋਪਰ ਵਰਕਸ਼ਾਪਸ ਕਰਕੇ ਉਹਨੇ ਆ ਕੇ ਕੰਮ ਕੀਤਾ। ਸੋ ਮੈਨੂੰ ਲਿਟਰਲੀ ਇਹ ਫੀਲ ਨਹੀਂ ਹੋਇਆ ਕਿ ਨਵਾਂ ਮੁੰਡਾ, ਸੋ ਬਟ ਕਿਤੇ ਕਿਤੇ ਹਾਂ ਫੀਲ ਹੁੰਦਾ ਸੀ, ਬਟ ਵੀ ਆਲਵੇਜ਼ ਯੂਜ਼ ਟੂ ਯੂ ਨੋ ਅੰਡਰਸਟੈਂਡ ਈਚ ਅਦਰ, ਐਂਡ ਕਾਫੀ ਸੋਹਣਾ ਕੰਮ ਕੀਤਾ ਉਹਨੇ, ਅਤੇ ਕੁਲਵਿੰਦਰ ਬਿੱਲਾ ਜੀ ਨਾਲ ਵੀ ਕੰਮ ਕਰਕੇ ਮਜ਼ਾ ਆਇਆ। ਬਾਕੀ ਸੁਖਮਿੰਦਰ ਧੰਜਲ ਜੀ ਸਾਡੇ ਡਾਇਰੈਕਟਰ ਜਿਹੜੇ ਨੇ, ਇਜ਼ ਅ ਜੀਨੀਅਸ, ਸੋ ਹੀ ਇਜ਼ ਬੀਨ ਵਰਕਿੰਗ ਫੋਰ ਮੈਨੀ ਈਅਰਸ ਨਾਓ, ਅਤੇ ਸੋਹਣੀ ਫਿਲਮ ਬਣਾਈ ਉਹਨਾਂ ਨੇ। ਇੰਨਾ ਕੰਮ ਕਰ ਲਿਆ, ਇੰਨਾ ਕੰਮ ਕਰ ਵੀ ਰਹੇ ਹੋ, ਲਗਾਤਾਰ ਬੈਕ ਟੂ ਬੈਕ ਹੈਡ ਫਿਲਮਾਂ ਵੀ ਦੇ ਰਹੇ ਹੋ, ਕੋਈ ਅਜਿਹਾ ਗੋਲ ਜਿਸ ਦੇ ਉੱਪਰ ਨਿਸ਼ਾਨਾ ਲਗਾਉਣਾ ਹਜੇ ਵੀ ਪੈਂਡਿੰਗ ਹੈ, ਲੱਗ ਰਿਹਾ ਤੁਹਾਨੂੰ ਕੋਈ? ਹਾਲੀਵੁੱਡ ਇੰਗਲਿਸ਼ ਮੂਵੀਜ਼, ਯਾ।
ਆਲ ਦਾ ਬੈਸਟ ਆਸ ਕਰਦੇ ਕਿ ਹਾਲੀਵੁੱਡ ਵਿੱਚ ਵੀ ਜਾ ਕੇ ਤੁਸੀਂ ਇਸੇ ਤਰ੍ਹਾਂ ਧੁੰਮਾ ਪਾਓ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਇਸ ਫਿਲਮ ਲਈ ਅਪਕਮਿੰਗ ਪ੍ਰੋਜੈਕਟ ਦਾ ਦੱਸੋ ਦੇਰ ਆ ਕਪਲ ਆਫ ਮੇਰੀ ਆਪਣੀ ਹੋਮ ਪ੍ਰੋਡਕਸ਼ਨ ਮੇਰਾ ਬਾਬਾ ਨਾਨਕ ਆ ਰਹੀ ਆ ਸ਼ਾਇਦ ਨੈਕਸਟ ਮੰਥ ਆਪਾਂ ਅਨਾਊਂਸ ਕਰਾਂਗੇ ਡੇਟ ਦੈਨ ਨਿਡਰ ਆ ਰਹੀ ਹੈ ਇੱਕ ਪੰਜਾਬੀ ਫਿਲਮ ਇੱਕ ਨਵੀਂ ਫਿਲਮ ਦੀ ਸ਼ੂਟਿੰਗ ਪਰਸੋਂ ਤੋਂ ਸ਼ੁਰੂ ਹੋ ਰਹੀ ਆ ਮੈਂ ਨਾਂ ਨਹੀਂ ਰਿਵੀਲ ਕਰ ਸਕਦਾ ਇੱਕ ਤੇਲਗੂ ਫਿਲਮ 22 ਰੈਡੀ ਟੂ ਰਿਲੀਜ਼ ਆ ਮੇ ਬੀ ਫੈਬਰਰੀ 'ਚ ਆਊਗੀ ਇੱਕ ਤੇਲਗੂ ਫਿਲਮ ਏਜੈਂਟ ਦੀ ਸ਼ੂਟ ਚੱਲ ਰਹੀ ਆ ਇੱਕ ਹੌਟ ਸਟਾਰ ਲਈ ਹੁਣੇ ਵੈਬ ਸੀਰੀਜ਼ 16 ਤਰੀਕ ਨੂੰ ਕੰਪਲੀਟ ਕੀਤੀ ਆ 2.5 ਮਹੀਨੇ ਦਾ ਸਕੈਡਿਊਲ ਸੀਗਾ ਉਹਦਾ ਅਤੇ ਉਹ ਛੇਤੀ ਹੌਟ ਸਟਾਰ 'ਤੇ ਰਿਲੀਜ਼ ਹੋਊਗੀ ਬਹੁਤ ਬਹੁਤ ਸ਼ੁਕਰੀਆ ਅਤੇ ਅਰਦਾਸ ਕਰਦੇ ਹਾਂ ਮੁੜ ਤੋਂ ਜਲਦੀ ਤੁਹਾਡੇ ਨਾਲ ਮਿਲੀਏ ਧੰਨਵਾਦ